सत श्रीकाल जी सारयां नूं। अज पंजाब च बहुत गमगीन माहौल है, सारा पंजाब इत्थे पहुंचे है क्योंकि पंजाब दी उह बुलंद आवाज़ जिसने गायकी दे महीने बदलते उसने 5-6 साल गाया ते उसकी गायकी चों पंजाब नूं प्रतख देखा जा सकता सी, पंजाब दी अणख नूं देखा जा सकता सी। जिस हिसाब नाल उसने गीत गाए वो एक एक बोल उसके गीत का अमर हो गया क्योंकि बहुत सारे गीत उन्हां चों अमर हो गए क्योंकि उन्होंने जो गाया वो अपनी जिंदगी उहदी जिंदगी सारी देखी जा सकती थी, पूरा पंजाब देखा जा सकता सी, पंजाब नूं प्रतख तौर पर उन्हें पेश किया। मैं पटियाले तो आया, मेरा पिंड जसोवाला, युवराज मेरा नाम है, मैं इत्थे पढ़ के गया। उहदे नाल साडे परिवारक रिलेशन सी, असी ब्याह शादियां च प्रोग्रामां च इकट्ठे हुंदे सी, पूरा पंजाब नाल उहदा बहुत मोह सी, इस करके जो जो साडे च रूह नहीं रही उहदे च सारे पंजाब नूं उसदा दुख हैगा। ਪੱਗ ਨੂੰ ਰੀਪ੍ਰੈਜ਼ੈਂਟ ਕਰਨ ਵਾਲਾ ਮੁੰਡਾ ਸੀ, ਇਹ ਇੰਟਰਨੈਸ਼ਨਲ ਲੈਵਲ 'ਤੇ ਪੱਗ ਦੀ ਪਹਿਚਾਣ ਕਰਵਾਉਣ ਵਾਲਾ ਸੀ ਕਿਉਂਕਿ ਆਪਾਂ ਬਹੁਤ ਸਾਰੀਆਂ ਖਬਰਾਂ ਇੱਦਾਂ ਦੀਆਂ ਸੁਣੀਆਂ ਜਿੱਥੇ ਕਿ ਪੱਗ ਨੂੰ ਲੈ ਕੇ ਹੇਟ ਸਪੀਚ ਕੀਤੀ ਜਾਂਦੀ ਆ, ਮਾੜਾ ਚੰਗਾ ਬੋਲਿਆ ਜਾਂਦਾ ਸੀ ਬਾਹਰਲੇ ਦੇਸ਼ਾਂ ਦੇ ਵਿੱਚ, ਤਾਂ ਉਹ ਤੁਹਾਨੂੰ ਲੱਗਦਾ ਕਿ ਉਸ ਲੈਵਲ ਤੱਕ ਲਿਜਾਣ ਵਾਲਾ, ਦਸਤਾਰ ਨੂੰ ਲਿਜਾਣ ਵਾਲਾ ਮੁੰਡਾ ਸੀ ਖੋਲਿਆ? ਦੇਖੋ ਅਸੀਂ ਇੱਕ ਗੱਲ, ਮੈਂ ਮੇਰੀ ਪਹਿਲਾਂ ਪਿਛਲੀ ਵਾਈਡ 'ਚ ਵੀ ਮੈਂ ਕਹੀ ਸੀ ਕਿ ਉਸ ਬੰਦੇ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ। ਤੁਸੀਂ ਦੇਖਿਆ ਹੋਊਗਾ ਜਦੋਂ ਉਹਦੀ ਮੌਤ ਤੋਂ ਬਾਅਦ 105 ਦੇਸ਼ਾਂ 'ਚ ਉਹਦਾ ਜਿਹੜੀ ਨਿਊਜ਼ ਹੈਗੀ ਉਹ ਚੱਲੀ, ਅਤੇ ਤੁਸੀਂ ਕਿਤੇ ਨਾ ਕਿਤੇ ਉਸਨੇ ਪੰਜਾਬ ਨੂੰ ਜਿਉਂਦਾ ਰੱਖਿਆ। ਇੱਕ ਟਰਬਨ ਨੂੰ ਉਹ ਚਾਹੁੰਦਾ ਤਾਂ ਕਿਸੇ ਵੀ ਕੰਟਰੀ ਦੀ ਸਿਟੀਜ਼ਨ ਜਾ ਕੇ ਲੈ ਸਕਦਾ ਸੀ, ਸਿਟੀਜ਼ਨਸ਼ਿਪ ਲੈ ਸਕਦਾ ਸੀ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਕਿਤੇ ਵੀ ਜਾ ਕੇ ਰਹਿ ਸਕਦਾ ਸੀ, ਪਰ ਉਸਨੇ ਪਿੰਡ 'ਚ ਹੀ ਆਪਣਾ ਘਰ ਬਣਾਇਆ, ਪਿੰਡ 'ਚ ਰਿਹਾ, ਪਿੰਡ ਦੀ ਸਰਪੰਚੀ ਲਈ, ਪਿੰਡ ਦੀ ਸੇਵਾ ਕੀਤੀ, ਪਿੰਡ ਦਾ ਨਾਮ ਉਸਨੂੰ ਆਪਣੇ ਨਾਮ ਤੋਂ ਕੋਈ ਨਹੀਂ ਜਾਣਦਾ ਸੀ। ਕਿਸੇ ਨੂੰ ਕਹੋ ਕਿ ਸ਼ੁਭਦੀਪ ਸਿੰਘ ਕੌਣ ਹੈ ਤਾਂ ਬਹੁਤ ਘੱਟ ਲੋਕ ਜਾਣਦੇ ਨੇ, ਜੇ ਉਹੀ ਉਹਦੇ ਪਿੰਡ ਦਾ ਨਾਮ ਲਿਆ ਜਾਵੇ ਕਿ ਸਿੱਧੂ ਮੂਸੇਵਾਲਾ ਕੌਣ ਹੈ ਤਾਂ ਉਹਨੂੰ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਬ੍ਰਾਂਡ ਬਣ ਗਿਆ ਸੀ, ਇੱਕ ਪਿੰਡ ਦਾ ਨਾਮ ਉਹਨੇ ਪੂਰੀ ਦੁਨੀਆ 'ਚ ਰੋਸ਼ਨ ਕੀਤਾ। ਇਹ ਕਿਤੇ ਨਾ ਕਿਤੇ ਉਹਦੀ ਸੋਚ ਸੀ, ਫਿਰ ਉਸਨੇ MLA ਦੀ ਇਲੈਕਸ਼ਨ ਵੀ ਲੜੀ, ਕਿਤੇ ਨਾ ਕਿਤੇ ਉਹਦੇ ਅੰਦਰ ਜਨੂੰਨ ਸੀ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਸੀ, ਉਹ ਆਪਣੇ ਪਿੰਡ ਦੀ ਸੇਵਾ, ਆਪਣੇ ਹਲਕੇ ਦੀ ਸੇਵਾ, ਆਪਣੇ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਸੀ। ਕੋਈ ਇਸ 'ਚ ਦੋ ਰਾਏ ਨਹੀਂ ਕਿ ਉਸਨੇ ਪੰਜਾਬੀ ਨੂੰ, ਜਿਹੜਾ ਪੰਜਾਬੀ ਟਰਬਨ ਨੂੰ ਪੂਰੀ ਦੁਨੀਆ 'ਚ ਲੈ ਕੇ ਗਿਆ, ਅਤੇ ਉਹਨੂੰ ਆਪਣੇ ਸਿਰ 'ਤੇ ਪੱਗ, ਕਦੇ ਬਿਨਾਂ ਪੱਗ ਤੋਂ ਉਹਦਾ ਕੋਈ ਪ੍ਰੋਗਰਾਮ ਅਸੀਂ ਨਹੀਂ ਦੇਖਿਆ ਉਹਦਾ। ਕਤਲ ਦਾ ਮੁੱਖ ਕਾਰਨ ਕੀ ਮੰਨਦੇ ਹੋ? ਕੀ ਗਾਏ ਜਾਣ ਵਾਲੇ ਉਹ ਗੀਤ ਸੀ, ਗੈਂਗਸਟਰ ਕਲਚਰ ਸੀ ਜਾਂ ਕੁਝ ਹੋਰ? ਦੇਖੋ ਮੈਂ ਬਰਾੜ ਸਾਹਿਬ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਹ ਪੰਜਾਬ ਦਾ ਮਾਹੌਲ ਹੈ ਨਾ, ਜਿਹੜਾ ਪੰਜਾਬ ਦਾ ਯੂਥ ਹੈ, ਦੋ ਕਾਰਨ ਮੇਨ ਨੇ, ਇੱਕ ਬੇਰੁਜ਼ਗਾਰੀ, ਇੱਕ ਨਸ਼ਾ। ਤੁਸੀਂ ਪੰਜਾਬ ਦੇ ਯੂਥ ਨੂੰ ਕਿੱਧਰ ਵੀ ਲਿਜਾ ਸਕਦੇ ਹੋ। ਮੈਨੂੰ ਇੱਕ ਯਾਦ ਹੈ, ਪਿੰਡ ਜਲੰਧਰ ਕੋਲ ਪਿੰਡ ਹੈ, ਸ਼ਹਿਰ ਉਹਦਾ ਸੰਸਾਰਗਰ ਨਾਮ ਹੈ ਉਸ ਪਿੰਡ, ਸੰਸਾਰਪੁਰ, ਉਸ ਪਿੰਡ 'ਚੋਂ 14 ਬੰਦੇ ਓਲੰਪਿਕ 'ਚ ਗਏ ਨੇ। ਇਹਦਾ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਮਾਹੌਲ ਕਿੱਦਾਂ ਦਾ ਸਿਰਜਣਾ। ਮੇਰਾ ਪਿੰਡ ਜੱਸੋਵਾਲ ਹੈ, ਅਸੀਂ ਇੱਕ ਗਰਾਊਂਡ ਬਣਾਇਆ, ਉੱਥੇ ਬਾਕਸਿੰਗ ਦਾ ਇੱਕ ਪਲੇਅਰ ਸੀ ਸਾਡੇ, ਜਿਹੜਾ ਪਿੰਡ ਤੋਂ ਹੀ ਨੈਸ਼ਨਲ ਖੇਡਿਆ ਹੋਇਆ ਸੀ, ਬਲਕਾਰ ਸਿੰਘ, ਉਹਨੇ ਉਸ ਪਿੰਡ 'ਚ ਟ੍ਰੇਨਿੰਗ ਸ਼ੁਰੂ ਕੀਤੀ। ਪਿੰਡ ਦਾ 90% ਬੱਚੇ ਉਹ ਸਾਰੀਆਂ ਗੇਮਾਂ, ਉਹ ਫੋਨ ਵਾਲੀਆਂ ਗੇਮਾਂ ਛੱਡ ਕੇ ਬਾਕਸਿੰਗ ਦਾ ਕੋਚਿੰਗ ਲੈਣ ਲੱਗ ਗਏ ਸੀ। ਤੁਸੀਂ ਮਾਹੌਲ ਸਿਰਜਣਾ ਹੁੰਦਾ, ਮਾਹੌਲ ਕਿੱਦਾਂ ਦਾ ਸਿਰਜ ਰਹੇ ਹੋ ਤੁਸੀਂ? ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇੱਦਾਂ ਦਾ ਮਾਹੌਲ ਸਿਰਜਿਆ ਜਾਵੇ ਕਿ ਲੋਕ ਇਹ ਨਸ਼ੇ ਅਤੇ ਬੇਰੁਜ਼ਗਾਰੀ ਨੂੰ ਛੱਡ ਕੇ ਖੇਡਾਂ ਵੱਲ ਪੈਣ। ਇੱਕ ਪਿੰਡ 'ਚ ਹਾਕੀ ਦੇ ਪਲੇਅਰ 14 ਓਲੰਪਿਕ 'ਚ ਗਏ, ਉਸ ਪਿੰਡ ਦਾ ਮਾਹੌਲ ਬਣ ਗਿਆ। ਪਰ ਇਹ ਜਿਹੜਾ ਮਾਹੌਲ ਹੈ ਅੱਜ ਦੀ ਡੇਟ 'ਚ, ਤੁਸੀਂ ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡੀ ਸੈਲੀਬ੍ਰਿਟੀ ਸੀ, ਇਸ ਕਰਕੇ ਸਾਰਿਆਂ ਦੀ ਸੁਰਖੀਆਂ 'ਚ ਹੈ, ਪਰ ਤੁਸੀਂ ਦੇਖੋ ਕਿ ਹਰ ਰੋਜ਼ ਕਤਲ ਹੋ ਰਿਹਾ ਪੰਜਾਬ 'ਚ। ਕੱਲ੍ਹ ਤੁਸੀਂ ਮਲੇਰਕੋਟਲੇ ਦੇਖਿਆ ਹੋਣਾ, ਇੱਕ ਗਰਦਨ ਵੱਢ ਕੇ ਇਕੱਲੀ ਗਰਦਨ ਸਿੱਟੀ ਗਈ ਹੈ। ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਇਸ ਨੂੰ ਕਿਤੇ ਨਾ ਕਿਤੇ ਮਾਹੌਲ ਨੂੰ ਕਿਸੇ ਸਹੀ ਰੂਪ ਰੇਖਾ 'ਚ ਦੇਣ ਦੀ ਲੋੜ ਹੈਗੀ, ਮਾਹੌਲ ਨੂੰ ਇਹ ਸਹੀ ਪਾਸੇ ਨੂੰ ਲਿਜਾਉਣ ਦੀ ਲੋੜ ਹੈਗੀ। ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੰਜਾਬ ਸਰਕਾਰ ਨੂੰ ਸੁਨੇਹਾ ਚਾਹੁੰਦਾ ਦੇਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਵਿਦੇਸ਼ ਤੋਂ ਸਟੂਡੈਂਟ ਪੜ੍ਹਨ ਆਉਣਗੇ, ਜਿਹੜੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾਂਦਾ ਪੰਜਾਬ 'ਚ, ਇਹ ਬਹੁਤ ਗਮਗੀਨ ਮਾਹੌਲ ਹੈਗਾ। ਲੋਕ ਡਰਦੇ ਮਾਹੌਲ 'ਚ ਜੀ ਰਹੇ ਨੇ, ਇਸ ਮਾਹੌਲ ਨੂੰ ਚੇਂਜ ਕਰਨ ਦੀ ਲੋੜ ਹੈ, ਕਿਤੇ ਨਾ ਕਿਸੇ ਖੇਡਾਂ ਨੂੰ ਉਤਸ਼ਾਹਿਤ ਜਾਂ ਬੇਰੁਜ਼ਗਾਰੀ ਖਤਮ ਕਰਨ ਦੀ ਲੋੜ ਹੈ। ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਕਵਰੇਜ ਕਰ ਰਹੇ ਹੋ ਕਿਉਂਕਿ ਸਾਡਾ ਵੀਰ, ਮੈਂ ਉਹਨੂੰ ਤੁਹਾਡੇ ਮਾਧਿਅਮ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦਾ, ਬਹੁਤ ਬਹੁਤ ਧੰਨਵਾਦ।